ਸਤਿ ਸ਼੍ਰੀ ਅਕਾਲ ਜੀ, ਜਸ ਟੀ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲਦਾ। ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਹਰ ਇੱਕ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਣ ਦੇ ਲਈ ਆਪਣੇ ਆਪਣੇ ਦਾਅ ਪੇਚ ਲਗਾ ਰਹੀ ਹੈ। ਮੋਗਾ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਭਰਮੀ ਰੈਲੀ ਨੂੰ ਸੰਬੋਧਨ ਕੀਤਾ ਗਿਆ। ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਕੰਮ ਕਰ ਰਹੀ ਹੈ। ਅਤੇ ਇੰਨਾ ਹੀ ਨਹੀਂ, ਰਾਹੁਲ ਗਾਂਧੀ ਨੇ ਇੱਕ ਵੱਡੀ ਗੱਲ ਇਹ ਵੀ ਕਹੀ ਹੈ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਸੱਚਮੁੱਚ ਹੀ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਜਾਣਨ ਦੇ ਲਈ ਅਸੀਂ ਅੱਜ ਪੰਜਾਬ ਦੀ ਆਵਾਮ ਦੇ ਕੋਲ ਪੁੱਜੇ ਹਾਂ ਅਤੇ ਜਾਣਦੇ ਹਾਂ ਕਿ ਪੰਜਾਬ ਇਸ ਮਸਲੇ ਦੇ ਉੱਤੇ ਕੀ ਬੋਲਦਾ। ਅਤੇ ਆਓ ਕਰਦੇ ਹਾਂ ਪੰਜਾਬ ਦੀ ਆਵਾਮ ਦੇ ਨਾਲ ਗੱਲਬਾਤ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਚੱਲਦੇ ਹਾਂ, ਇੱਥੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਜੋ ਕੱਲ੍ਹ BJP ਦੇ ਉੱਤੇ ਰਾਹੁਲ ਗਾਂਧੀ ਨੇ ਮੋਗਾ ਰੈਲੀ ਦੇ ਵਿੱਚ ਨਿਸ਼ਾਨਾ ਸਾਧਿਆ, ਕੀ ਲੱਗ ਰਿਹਾ ਕਿ ਜੋ ਰਾਹੁਲ ਗਾਂਧੀ ਦੇ ਵੱਲੋਂ ਮੋਗਾ ਰੈਲੀ ਦੇ ਵਿੱਚ BJP ਦੇ ਉੱਤੇ ਖਾਸ ਕਰ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਿਆ, ਉਹ ਕਹਿ ਰਹੇ ਸਨ ਕਿ ਜੋ ਪ੍ਰਧਾਨ ਮੰਤਰੀ ਹੈ ਉਹ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, BJP ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ। ਕੀ ਤੁਹਾਨੂੰ ਲੱਗਦਾ ਕਿ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ? ਸਰ ਕਾਫੀ ਮਤਲਬ ਲੱਗਦਾ ਇੱਦਾਂ ਰਿਹਾ ਵਾ, ਕਿਉਂਕਿ ਇਹ ਰਿਲੀਜਨ ਹਿੰਦੂ ਰਿਲੀਜਨ ਨੂੰ ਕਾਫੀ ਪ੍ਰਮੋਟ ਕਰਦੀ ਆ, ਹੁਣ ਬਣੀ ਜਿਵੇਂ RSS ਤੋਂ ਹੀ ਆ BJP, ਤਾਂ ਇਹ ਇਹਨਾਂ ਦਾ ਲੱਗਦਾ ਵਾ ਕਿਉਂਕਿ ਹੁਣ ਜਿਹੜਾ ਰਾਮ ਮੰਦਿਰ ਦਾ ਡਿਸਪਿਊਟ ਚੱਲ ਰਿਹਾ ਵਾ ਉਹਨੂੰ ਵੀ ਕਾਫੀ ਇਹ ਹਾਈਲਾਈਟ ਕਰ ਰਿਹਾ ਕਿ ਹਾਂ ਵੀ ਉਹ ਬਣਵਾ ਦਾਂਗੇ। ਹੁਣ ਮੁਸਲਿਮ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਤਾਂ ਉਹ ਕਰ ਰਹੇ ਹਨ ਤੰਗ, ਅਤੇ ਇਹਨਾਂ ਨੂੰ ਮਤਲਬ ਦੋਨੇ ਧਿਰਾਂ ਦਾ ਦੇਖ ਕੇ ਕਰਨਾ ਚਾਹੀਦਾ ਵਾ, ਪਰ ਇਹ ਰਿਲੀਜਨ ਨੂੰ ਲੈ ਕੇ ਕਾਫੀ ਕਰ ਰਹੇ। ਤੁਹਾਨੂੰ ਲੱਗ ਰਿਹਾ ਕਿ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਰਹੀ ਹੈ ਦੇਸ਼ ਦੇ ਵਿੱਚ? ਹਾਵੀ ਹੋ ਰਹੀ ਹੈ ਸਰ, ਥੋੜ੍ਹਾ ਨਾ ਇੱਕ ਯੂਜ਼ ਕਰ ਰਹੇ ਆ ਪੋਲੀਟਿਕਸ ਨੂੰ, ਕਾਫੀ ਮਤਲਬ ਰਿਲੀਜਨ ਦੇ ਨਾਲ ਮਿਕਸ ਅਪ ਕੀਤਾ ਜਾ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਕੀ ਗੁਰਪ੍ਰੀਤ, ਲੱਗ ਰਿਹਾ ਕਿ ਜੋ ਕੱਲ੍ਹ ਰਾਹੁਲ ਗਾਂਧੀ ਦੇ ਵੱਲੋਂ ਮੋਗਾ ਰੈਲੀ ਦੇ ਵਿੱਚ ਇਹ ਗੱਲ ਕਹੀ ਗਈ ਕਿ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਸਨ ਉਸ ਤੋਂ ਉਲਟ ਕੰਮ ਮੋਦੀ ਸਰਕਾਰ ਕਰ ਰਹੀ ਹੈ, ਕੀ ਤੁਹਾਨੂੰ ਲੱਗ ਰਿਹਾ? ਬਿਲਕੁਲ, ਮੈਂ ਤੁਹਾਡੇ ਗੱਲ ਨਾਲ ਸਹਿਮਤ ਹਾਂ। ਮੋਦੀ ਸਰਕਾਰ ਥੋੜ੍ਹਾ ਜਿਹਾ ਧਰਮ ਦੇ ਨਾਲ ਉੱਤੇ ਹਾਵੀ ਹੋ ਰਹੀ ਹੈ, ਮਤਲਬ ਕਿ ਇਹ ਰਾਜਨੀਤੀ ਜਾਂ ਧਰਮ ਦੇ ਉੱਤੇ ਕਰ ਰਹੇ ਨੇ ਹਾਵੀ, ਅਤੇ ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਬਿਲਕੁਲ। ਅੱਛਾ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਮੋਦੀ ਸਰਕਾਰ ਹੈ ਉਹ ਧਰਮ ਦੇ ਨਾਲ ਛੇੜਛਾੜ ਵੀ ਕਰ ਰਹੀ ਹੈ ਅਤੇ ਨਾਲ ਦੀ ਨਾਲ ਦੇਸ਼ ਦੇ ਵਿੱਚ ਰਾਜ ਜਿਹੜੀ ਹੈ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਜੋ ਸਰਕਾਰਾਂ ਨੇ ਇਹ ਕਦੇ ਵੀ ਆਮ ਬੰਦੇ ਦੇ ਬਾਰੇ ਨਹੀਂ ਸੋਚਦੀਆਂ, ਅਤੇ ਮੈਨੂੰ ਲੱਗਦਾ ਆ ਵੀ ਮੋਦੀ ਦੀ ਜਿਹੜੀ ਇਹ ਰਾਜਨੀਤੀ ਆ ਉਹ ਧਰਮ ਦੇ ਉੱਤੇ ਹਾਵੀ ਹੋ ਰਹੀ ਹੈ। ਅੱਛਾ, 2019 ਦੇ ਵਿੱਚ ਕੀ ਲੱਗ ਰਿਹਾ ਕਿ ਕਿਹੜੀ ਸਰਕਾਰ ਕਿਸ ਮੁੱਦੇ ਦੇ ਉੱਤੇ ਬਾਜ਼ੀ ਮਾਰਨ ਦੀ ਕੋਸ਼ਿਸ਼ ਕਰੇਗੀ, ਖਾਸ ਕਰ ਧਰਮ ਨੂੰ ਲੈ ਕੇ? ਬਿਲਕੁਲ, ਕਾਂਗਰਸ ਸਰਕਾਰ ਆਵੇਗੀ ਅੱਗੇ ਜੀ, ਅਤੇ ਆਪਾਂ ਕਾਂਗਰਸ ਸਰਕਾਰ ਨੂੰ ਸਪੋਰਟ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਪਰਮਿੰਦਰ ਸਿੰਘ। ਅੱਛਾ ਪਰਮਿੰਦਰ, ਜੋ ਕੱਲ੍ਹ ਤੁਸੀਂ ਵੀ ਬਿਆਨ ਸੁਣਿਆ ਹੋਵੇਗਾ ਰਾਹੁਲ ਗਾਂਧੀ ਦਾ ਮੋਗਾ ਰੈਲੀ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਕੰਮ ਕਰ ਰਹੀ ਹੈ ਮੋਦੀ ਸਰਕਾਰ, ਕੀ ਤੁਹਾਨੂੰ ਲੱਗ ਰਿਹਾ, ਤੁਸੀਂ ਸਹਿਮਤ ਹੋ? ਹਾਂਜੀ, ਇਹ ਸਾਰੇ ਦੇਸ਼ ਨੂੰ ਪਤਾ ਭਾਅ ਜੀ ਕਿ ਜਿਹੜੀ ਮੋਦੀ ਸਰਕਾਰ ਹੈ ਉਲਟ ਕੰਮ ਕਰ ਰਹੀ ਆ। ਹੁਣ UP ਦੇ ਵਿੱਚ ਯੋਗੀਨਾਥ ਆ ਮੁੱਖ ਮੰਤਰੀ, ਉਹ ਉੱਥੋਂ ਸ਼ਹਿਰਾਂ ਦੇ ਨਾਂ ਹੀ ਬਦਲੀ ਜਾਂਦਾ ਹੈ ਕਿ ਮੁਸਲਮਾਨ ਸ਼ਹਿਰਾਂ ਦੇ ਨਾਂ ਜਿਹੜੇ ਆ ਹਿੰਦੂ 'ਚ ਕਰੀ ਜਾਂਦੇ ਆ। ਹੁਣ ਤਾਜ ਮਹਿਲ ਦਾ ਨਾਮ ਉਹ ਕਹਿੰਦਾ ਕਿ ਮੈਂ ਰਾਜਮਹਿਲ ਰੱਖ ਦੇਣਾ ਆ, ਕਿ ਉਹ ਤਾਂ ਹਿਸਟੋਰਿਕ ਪਲੇਸ ਹੈ ਅਤੇ ਉਹਦੇ ਵਿੱਚ ਉਹ ਜਿੱਦਾਂ ਹੁਣ ਤਾਜ ਮਹਿਲ ਦਾ ਨਾਮ ਉਹਨਾਂ ਵੈਬਸਾਈਟ 'ਤੇ ਵਿਖੀ ਅਤੇ ਪਾਇਆ ਨਹੀਂ ਆ। ਅਤੇ ਆਪਣਾ ਦੇਸ਼ ਇੰਨਾ ਜ਼ਿਆਦਾ ਵਧੀਆ ਆ, ਪਰ ਇਹ ਇੱਕੋ ਗੱਲ 'ਚ ਮਾੜਾ ਆ ਕਿ ਜਦੋਂ ਵੀ ਇਲੈਕਸ਼ਨ ਆਉਂਦੇ ਆ ਅਤੇ ਇਹਨਾਂ ਨੂੰ ਧਰਮ ਦੇ ਨਾਂ 'ਤੇ ਲੜਾਇਆ ਜਾਂਦਾ, ਅਤੇ ਧਰਮ ਦੇ ਨਾਂ 'ਤੇ ਇਹਨਾਂ ਦੀਆਂ ਅਣਖਾਂ ਜਾਗ ਪੈਂਦੀਆਂ, ਅਤੇ ਉਦੋਂ ਇੱਕ ਦੂਜੇ ਨੂੰ ਮਰਨ ਮਰਾਉਂਦੀਆਂ ਗੱਲਾਂ ਕਰਦੇ ਆ, ਅਤੇ ਪੋਲੀਟੀਕਲ ਜਿਹੜੇ ਆਪਾਂ ਕੋਈ ਫਾਇਦਾ ਨਹੀਂ ਲੈ ਪਾਉਂਦੇ, ਅਤੇ ਆਪਣਾ ਦੇਸ਼ ਪਿੱਛੇ ਜਾਂਦਾ ਆ, ਅੱਗੇ ਨਹੀਂ ਜਾਂਦਾ ਕਦੀ ਵੀ ਧਰਮ ਦੇ ਨਾਂ 'ਤੇ ਲੜਨ ਕਰਕੇ। ਕੀ ਲੱਗ ਰਿਹਾ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ? ਹਾਂਜੀ, ਦੇਸ਼ ਦੇ ਵਿੱਚ ਭਾਅ ਜੀ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ। ਹੁਣ ਗੁਜਰਾਤ ਦੇ ਵਿੱਚ ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਰਹੇ ਆ, ਉੱਥੇ ਉਹਨਾਂ ਨੇ ਹਿੰਦੂਆਂ ਨੂੰ ਅਤੇ ਮੁਸਲਮਾਨਾਂ ਨੂੰ ਲੜਾ ਕੇ ਰਾਜਨੀਤੀ ਜਿੱਦਾਂ ਵੀ ਕਰਦੇ ਰਹੇ, ਉੱਥੇ ਜਿੱਦਾਂ ਵੀ ਚਰਚ ਵੀ ਢਾਏ, ਹੋਰ ਵੀ ਬੜਾ ਕੁਝ ਉਹਨਾਂ ਨੇ ਕੀਤਾ, ਅਤੇ ਇਹ ਉੱਥੇ ਗਲਤ ਰਾਜਨੀਤੀ ਕੀਤੀ ਅਤੇ ਹੁਣ ਸਾਰੇ ਦੇਸ਼ 'ਚ ਕਰ ਰਹੇ ਆ, ਉਹ ਸਾਡੇ ਲਈ ਸਾਨੂੰ ਸਾਰੇ ਦੇਸ਼ ਨੂੰ ਪਿੱਛੇ ਪਾਊਗੀ। ਹੁਣ ਮੁਸਲਮਾਨਾਂ ਦੇ ਅਗੇਂਸਟ ਜਾ ਰਹੇ ਆ, ਅਤੇ ਹੁਣ ਇੱਕ ਪਾਸੇ ਇਮਰਾਨ ਖਾਨ ਆ, ਉਹ ਮੁਸਲਮਾਨਾਂ ਨੂੰ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਜੇ ਪੰਜਾਬ ਦੇ ਵਿੱਚ ਵੀ ਲਿਆ ਕੇ ਉਹਨੂੰ ਕਿਤੇ ਕਿਸੇ ਵੀ ਸੀਟ ਤੋਂ ਖਿਲਾਰ ਦਿਉ ਅਤੇ ਉਹ ਬੰਦਾ ਜਿੱਤੂਗਾ, ਉਹਦੇ ਲੋਕ ਫੈਨ ਹੋ ਗਏ, ਪੜ੍ਹਿਆ ਲਿਖਿਆ ਪਤਾ ਲੱਗਦਾ, ਅਤੇ ਉੱਧਰ ਸਾਡੇ ਮੋਦੀ ਸਾਹਿਬ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਧਰਮ ਦੇ ਨਾਂ 'ਤੇ ਲੜਨਾ ਹੀ ਹੁੰਦਾ ਬਸ। ਅੱਛਾ, ਕੀ ਲੱਗ ਰਿਹਾ ਕਿ ਕੌਣ ਕੌਣ ਜਿਹੜਾ ਇਹ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੇ ਵਿੱਚ ਮੋਹਰੀ ਹੋ ਰਿਹਾ, ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾ ਕੌਣ ਰਿਹਾ? ਮੋਦੀ, ਅਮਿਤ ਸ਼ਾਹ, ਯੋਗੀਨਾਥ, ਇੱਦਾਂ ਦੇ 4-5 ਚਿਹਰੇ ਹੋ ਰਹੇ ਆ ਜਿਹੜੇ ਸਿਰਫ ਧਰਮ ਦੀ ਰਾਜਨੀਤੀ ਕਰਦੇ ਆ ਅਤੇ ਆਪਣਾ ਪੈਸਾ ਕਮਾਉਂਦੇ ਆ। ਇਨਵੈਸਟਮੈਂਟ, ਹੁਣ ਇਲੈਕਸ਼ਨ ਆ ਗਈ, ਇਹਨਾਂ ਇਨਵੈਸਟਮੈਂਟ ਕਰਕੇ ਦੁੱਗਣਾ ਤਿਗਣਾ ਸਾਡੇ ਕੋਲ ਹੀ ਇਹਨਾਂ ਵਸੂਲਣਾ ਹੈ।
ਕੀ ਲੱਗ ਰਿਹਾ ਕਿ ਤੁਸੀਂ ਨੌਜਵਾਨ ਨੂੰ ਇਸ ਨੌਜਵਾਨ ਯੁੱਗ ਦੇ ਵਿੱਚ, ਯੁੱਗ ਦਾ ਸਰਮਾਇਆ ਹੁੰਦਾ, ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦਾ, ਕੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਪਲੈਨਿੰਗ ਪੰਜਾਬ ਵਾਸਤੇ ਜਾਂ ਭਾਰਤ ਵਾਸਤੇ ਚਾਹੁੰਦੇ ਹੋ, ਕਿ ਇਹ ਜੋ ਨਫ਼ਰਤ ਦੀ ਰਾਜਨੀਤੀ ਦੀ ਗੱਲ ਹੋ ਰਹੀ ਹੈ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ? ਇਹਦੇ ਵਿੱਚ ਰੋਕ ਇਹੋ ਹੀ ਆ ਕਿ ਹੁਣ ਕਾਂਗਰਸ ਸਰਕਾਰ ਹੈ, ਉਹਦੇ ਨੂੰ 60-65 ਸਾਲ ਤੋਂ ਰਾਜ ਕਰਦੀ ਆਉਂਦੀ, ਦੂਜੇ ਪਾਸੇ ਬੀਜੇਪੀ ਆ, ਇਹ ਦੋਵੇਂ ਨੈਸ਼ਨਲ ਪਾਰਟੀਜ਼ ਆ, ਹੁਣ ਤੀਜਾ ਕੋਈ ਫਰੰਟ ਅੱਗੇ ਆਵੇ ਜਿਹੜਾ ਧਰਮ ਨੂੰ ਨਾਂ ਲੈ ਕੇ, ਕਿ ਕੋਈ ਪੜ੍ਹੇ ਲਿਖੇ ਗ੍ਰੈਜੂਏਟਡ ਲੋਕ ਜਿਹੜੇ ਆ ਵਧੀਆ, ਉਹਨਾਂ ਨੂੰ ਅੱਗੇ ਲੈ ਕੇ ਚੱਲੇ, ਪੜ੍ਹੇ ਲਿਖੇ ਮੰਤਰੀ ਲੈ ਕੇ ਚੱਲੇ, ਚੰਗੀ ਸੋਚ ਲੈ ਕੇ ਚੱਲੇ, ਉਹ ਹੀ ਬਚਾ ਸਕਦੇ ਦੇਸ਼ ਨੂੰ, ਨਹੀਂ ਤਾਂ ਆਪਣਾ ਜਿਹੜਾ ਆਪਣਾ ਕੰਮ ਮਾੜਾ ਹੀ ਹੋਣਾ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਸਿਮਰਨਜੀਤ ਸਿੰਘ। ਅੱਛਾ ਸਿਮਰਨ, ਕੱਲ੍ਹ ਰਾਹੁਲ ਗਾਂਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਹਿਮਤ ਹੋ? ਹਾਂਜੀ ਬਿਲਕੁਲ ਸਹਿਮਤ ਹਾਂ ਜੀ। ਹਰ ਕੋਈ ਜਿਹੜੀ ਵੀ ਪਾਰਟੀ ਦੇਖ ਲਓ, ਭਾਵਾਂ ਕੋਈ ਬੀਜੇਪੀ ਹੈ ਜਾਂ ਹੋਰ ਆ, ਹਰ ਇੱਕ ਤਾਂ ਇਹੀ ਹੈ ਕਿ ਧਰਮਬਾਜ਼ੀ ਕਰਕੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਨਫ਼ਰਤ ਹੀ ਫੈਲਾਈ ਜਾਵੇ। ਹੁਣ ਪਿੱਛੇ ਪੁਲਵਾਮਾ ਅਟੈਕ 'ਤੇ ਵੀ ਕਾਫੀ ਹੋਇਆ, ਹਿੰਦੂਇਜ਼ਮ ਨੇ ਕੀਤਾ ਕਿ ਅਟੈਕ, ਕੁਛ ਕੁ ਬੰਦਿਆਂ ਨੇ ਕੀਤਾ, ਬਟ ਸਾਰੀ ਕਮਿਊਨਿਟੀ ਮੁਸਲਿਮ ਕਮਿਊਨਿਟੀ ਨੂੰ ਕਹਿ ਰਹੇ ਕਿ ਪਾਕਿਸਤਾਨ ਨੂੰ ਕਹਿ ਰਹੇ ਕਿ ਉਹਨਾਂ ਨੇ ਸਾਰਿਆਂ ਦਾ ਕਸੂਰ ਆ। ਹਾਂ ਨਫ਼ਰਤ ਤਾਂ ਫੈਲਾ ਰਹੇ, ਤੁਹਾਡੀ ਗੱਲ ਨਾਲ ਸਹਿਮਤ ਹਾਂ। ਇਸ ਦੇ ਨਾਲ ਇੱਕ ਹੋਰ ਗੱਲ ਰਾਹੁਲ ਗਾਂਧੀ ਦੇ ਵੱਲੋਂ ਕਹੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਕੰਮ ਕਰ ਰਹੀ ਹੈ ਮੋਦੀ ਸਰਕਾਰ, ਕਿ ਤੁਹਾਨੂੰ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਰਹੀ ਹੈ? ਹਾਂਜੀ ਧਰਮ ਦੇ ਉੱਤੇ ਤਾਂ ਹੋ ਹੀ ਰਹੀ ਹੈ। ਰਾਜਨੀਤੀਆਂ ਦਾ ਪਹਿਲਾ ਕੰਮ ਹੀ ਇਹੀ ਹੈ ਜੀ ਇੰਡੀਆ 'ਚ ਖਾਸ ਕਰਕੇ, ਕਿ ਧਰਮ ਨਾਲ ਛੇੜਛਾੜ ਕਰਕੇ ਵੋਟਾਂ ਲੈਂਦੇ ਆ ਜੀ। ਕਦੇ 84 ਹੋ ਗਿਆ, ਅਤੇ ਕਿਤੇ ਫਿਰ ਮੁਸਲਿਮ ਅਟੈਕ ਹੋ ਗਈ ਗੁਜਰਾਤ ਦੇ ਵਿੱਚ। ਕਮਿਊਨਿਟੀ ਹਮੇਸ਼ਾ ਇਹ ਰਾਜਨੀਤਿਕ ਨੂੰ ਪੁਆਇੰਟ ਕਰਦੀ ਆ, ਇਹ ਫੋਕਸ ਕਰਦੀ ਆ, ਇਹ ਧਰਮ ਨਾਲ ਜੋੜ ਕੇ ਵੋਟਾਂ ਲੈਂਦੇ ਹਮੇਸ਼ਾ। ਹਿੰਦੂ ਜ਼ਿਆਦਾ ਨੇ ਆਪਣੇ, ਉਹਨਾਂ ਨੂੰ ਹੁਣ ਰਾਮ ਮੰਦਰ ਦੇਖ ਲਓ ਜਿਵੇਂ ਵੋਟਾਂ ਲੱਗ ਗਈ, 4 ਸਾਲ ਕੁਛ ਨਹੀਂ ਹੋਇਆ, 5ਵੇਂ ਸਾਲ ਜਦੋਂ ਹੁਣ ਇਲੈਕਸ਼ਨ ਆ ਰਾਮ ਮੰਦਰ ਦੀ ਗੱਲ ਆ ਗਈ, ਹੁਣ ਤਾਂ ਰਾਮ ਮੰਦਰ ਬਣਾਉਣਾ, ਇਸ ਕਰਕੇ ਉਹਨਾਂ ਨੂੰ ਕਾਫੀ ਵੋਟਾਂ ਮਿਲਣੀਆਂ। ਹਾਂਜੀ ਅੱਛਾ, ਤੁਹਾਨੂੰ ਕੀ ਲੱਗ ਰਿਹਾ ਕਿ ਰਾਹੁਲ ਗਾਂਧੀ ਨੇ ਤਾਂ ਸਿਰਫ ਤੋਂ ਸਿਰਫ ਬੀਜੇਪੀ ਨੂੰ ਕਹਿ ਦਿੱਤਾ ਕਿ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ, ਤੁਹਾਨੂੰ ਕੀ ਲੱਗ ਰਿਹਾ ਕਿ ਕੌਣ ਕੌਣ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੇ ਵਿੱਚ ਮਾਹਿਰ ਹੈ, ਅਤੇ ਕੌਣ ਕੌਣ ਅੱਗੇ ਆ ਰਿਹਾ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੇ ਲਈ? ਦੇਖੋ ਹੁਣ ਤੱਕ ਜਿੰਨੀਆਂ ਪਾਰਟੀਆਂ ਸਾਰਿਆਂ ਨੇ ਫੈਲਾਈ ਤਾਂ, ਕਿ ਬੀਜੇਪੀ ਨੇ ਫੈਲਾਈ ਆ, ਕਾਂਗਰਸ ਨੇ ਵੀ ਫੈਲਾਈ ਆ, ਕਾਂਗਰਸ ਟਾਈਮ 84 ਹੋਈ ਸੀ, ਅਤੇ ਹੁਣ ਕਾਂਗਰਸ ਵੀ ਸੱਚੀ ਸੁੱਚੀ ਸਰਕਾਰ ਦੀ ਆ, ਕਿ ਸਾਰੀਆਂ ਇੱਦਾਂ ਹੀ ਆ, ਕੋਈ ਤੀਜਾ ਧੜ ਆਉਣਾ ਚਾਹੀਦਾ ਮੈਂ ਕਹਿੰਦਾ ਜਿਹੜਾ ਕਿ ਵਧੀਆ ਆਵੇ। ਹੁਣ ਤੱਕ ਤਾਂ ਜਿੰਨੀਆਂ ਦੇਖੀਆਂ ਜੀ ਸਾਰੀਆਂ ਕੋਈ ਨਾ ਕੋਈ ਆਪਣੀ ਨਫ਼ਰਤ ਬਣਾਉਂਦੀ ਹੈ ਜੀ। ਨੌਜਵਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਅਤੇ ਨੌਜਵਾਨਾਂ ਦਾ ਵੀ ਇਹੋ ਕਹਿਣਾ ਹੈ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ। ਹਾਲਾਂਕਿ ਨੌਜਵਾਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਨਫ਼ਰਤ ਦੀ ਰਾਜਨੀਤੀ ਨੂੰ ਫੈਲਾਉਣ ਤੋਂ ਰੋਕਣ ਦੇ ਲਈ ਇੱਕ ਤੀਜਾ ਫਰੰਟ ਵੀ ਆਉਣ ਦੀ ਜਿਹੜੀ ਜ਼ਰੂਰਤ ਉਹ ਨੌਜਵਾਨਾਂ ਨੂੰ ਜਾਪਦੀ ਹੈ। ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਪਰ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਇੱਥੇ ਸਾਡੇ ਨਾਲ ਕੁਝ ਹੋਰ ਨੌਜਵਾਨ ਵੀ ਨੇ, ਅਤੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜੋ ਕੱਲ੍ਹ ਰਾਹੁਲ ਗਾਂਧੀ ਦਾ ਬਿਆਨ ਆਇਆ ਕਿ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ, ਕੀ ਤੁਹਾਨੂੰ ਲੱਗ ਰਿਹਾ ਕਿ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ? ਪੋਲੀਟਿਕਸ ਇਹ ਚੀਜ਼ ਤਾਂ ਸ਼ੁਰੂ ਤੋਂ ਚੱਲੀ ਆ ਰਹੀ ਹੈ ਕਿ ਇਹਨਾਂ ਨੇ ਧਰਮ ਨੂੰ ਅੱਗੇ ਲੈ ਕੇ ਲੋਕਾਂ ਤੋਂ ਬੜੀਆਂ ਵੋਟਾਂ ਵਸੂਲੀਆਂ ਨੇ, ਪਰ ਬੀਜੇਪੀ ਥੋੜ੍ਹਾ ਜਿਹਾ ਐਕਸਟਰਾ ਹੀ ਕਰ ਰਹੀ ਹੈ। ਜਿਹੜਾ ਆਪਣਾ ਸੈਕੂਲਰਿਜ਼ਮ ਦਾ ਕਨਸੈਪਟ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਦਾਂ ਕਿ ਐਗਜ਼ਾਮਪਲ ਜਿਹਦੇ ਹੈਗੇ ਆ, ਜਿੱਦਾਂ ਨੇਮ ਚੇਂਜ ਕੀਤੇ ਜਾ ਰਹੇ ਆ ਜਗ੍ਹਾ ਦੇ। ਮੇਰੇ ਖਿਆਲ ਨਾਲ ਭਗਤ ਸਿੰਘ ਨੇ ਵੀ ਇੱਦਾਂ ਕਿਹਾ ਕਿ ਧਰਮ ਇੱਕ ਨਸ਼ੇ ਦੇ ਤਰ੍ਹਾਂ, ਅਤੇ ਨਸ਼ੇ 'ਚ ਕੋਈ ਬੰਦਾ ਸਹੀ ਫੈਸਲਾ ਨਹੀਂ ਕਰ ਸਕਦਾ, ਤਾਂ ਇਹਨਾਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਜਿਹੜੇ ਅਸਲ ਮੁੱਦੇ ਆ ਉਹਨਾਂ ਦੇ ਬਾਰੇ ਰਾਜਨੀਤੀ ਕਰਨੀ ਚਾਹੀਦੀ ਆ। ਮੇਰੇ ਕੋਈ ਮਤਲਬ ਕਿਸੇ ਪਾਰਟੀ ਨਾਲ ਨਹੀਂ ਆ ਕਿ ਹਾਂ ਮੈਂ ਕਾਂਗਰਸ ਵਾਲਾ ਜਾਂ ਕਿ ਬੀਜੇਪੀ ਵਾਲਾ, ਪਰ ਹਾਂ ਹੈ ਦੇਸ਼ ਦੇ ਦੇਸ਼ ਨੂੰ ਖਤਰਾ ਆ, ਸੈਕੂਲਰਿਜ਼ਮ ਨੂੰ ਖਤਰਾ ਆ, ਮਤਲਬ ਜਿਹੜਾ ਬਹੁਤ ਬੇਸਿਕ ਪ੍ਰਿੰਸੀਪਲ ਆ ਆਪਣੀ ਡੈਮੋਕ੍ਰੇਸੀ ਦਾ, ਉਸਨੂੰ ਖਤਰਾ ਆ, ਤਾਂ ਮੈਂ ਮੰਨਦੀ ਹਾਂ ਕਿ ਹਾਂ ਹੋ ਰਹੀ ਹੈ, ਕਾਫੀ ਜ਼ਿਆਦਾ ਹੋ ਰਹੀ ਹੈ। ਠੀਕ ਹੈ, ਧਰਮ ਨੂੰ ਖਤਰਾ ਹੈ, ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ, ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਕੰਮ ਕਰ ਰਹੀ ਹੈ, ਕਿ ਸਿਰਫ ਤੋਂ ਸਿਰਫ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ? ਨਹੀਂ, ਆਪਾਂ ਇੱਦਾਂ ਕਹਿ ਸਕਦੇ, ਸਾਰੇ ਹੀ ਥੋੜ੍ਹਾ ਥੋੜ੍ਹਾ ਇਨਵੋਲਵ ਹੈਗੇ ਆ, ਪਰ ਇਹ ਥੋੜ੍ਹਾ ਹੁਣ ਹਾਈਲਾਈਟ ਹੋ ਰਿਹਾ, ਐਕਸਟਰਾ ਹੀ ਇਹ ਸਿਰਫ ਇੱਕੋ ਹੀ ਮੁੱਦਾ ਇਹਨਾਂ ਨੇ ਚੱਕਿਆ ਹੋਇਆ ਕਿ ਹਾਂ, ਇਹ ਨਹੀਂ ਆ ਕਿ ਕਦੇ ਪਹਿਲਾਂ ਕਿਸੇ ਨੇ ਨਹੀਂ ਚੱਕਿਆ, ਅੱਜ ਹਜੇ ਤੱਕ 84 ਦੇ ਦੰਗਿਆਂ ਦੀ ਗੱਲ ਵੀ ਹੁੰਦੀ ਆ, ਉਹ ਵੀ ਇੱਕ ਧਾਰਮਿਕ ਮੁੱਦਾ ਆ, ਜਾਂ ਮਤਲਬ ਬਹੁਤ ਸਾਰੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੋਟਾਂ ਵਸੂਲੀਆਂ ਜਾਂਦੀਆਂ ਨੇ, ਪਰ ਇਹ ਥੋੜ੍ਹਾ ਐਕਸਟਰਾ ਕਰਨੇ ਕਰ ਇਸ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਤੁਸੀਂ ਨੌਜਵਾਨ ਨੂੰ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ, ਕੀ ਰਾਏ ਹੈ ਕਿ ਇਸ ਸਾਰੇ ਕੁਛ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਮੇਰੇ ਖਿਆਲ ਨਾਲ ਪਹਿਲਾਂ ਤਾਂ ਸਾਡੇ ਲੀਡਰਾਂ ਨੂੰ ਆਪਣਾ ਫੋਕਸ ਜਿਹੜਾ ਧਰਮ ਤੋਂ ਹਟਾ ਕੇ ਆਪਣੀ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ। ਜਿੱਦਾਂ ਹੁਣ ਇੰਨੀ ਯੂਥ ਹੈ ਆਪਣੇ ਕੰਟਰੀ ਦੇ ਵਿੱਚ, ਆਪਾਂ ਇੱਕ ਪੀਕ 'ਤੇ ਆ, ਸਾਰੀ ਆਪਣੀ ਵਰਕਿੰਗ ਪਾਪੂਲੇਸ਼ਨ ਜ਼ਿਆਦਾ ਆ, ਤਾਂ ਇਹਨਾਂ ਨੂੰ ਜੋਬਸ ਕ੍ਰੀਏਟ ਕਰਨੀਆਂ ਚਾਹੀਦੀਆਂ, ਇੱਦਾਂ ਦੀਆਂ ਅਪੋਰਚੁਨਿਟੀਜ਼ ਕ੍ਰੀਏਟ ਕਰਨੀਆਂ ਚਾਹੀਦੀਆਂ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਲੋਕ ਕੰਮਾਂ 'ਚ
ਛੋਟੀਆਂ ਗੱਲਾਂ ਨੇ ਇਹਨਾਂ ਤੋਂ ਉੱਪਰ ਉੱਠ ਕੇ ਧਰਮ ਨੂੰ, ਸਭ ਦਾ ਆਪਣਾ ਆਪਣਾ ਧਰਮ ਹੈ, ਆਪਣੀ ਆਪਣੀ ਬਿਲੀਫਸ ਆ। ਜਦ ਕੋਨਸਟੀਟਿਊਸ਼ਨ ਦੇ ਵਿੱਚ ਕਹਿ ਹੀ ਦਿੱਤਾ ਕਿ ਇੰਡੀਆ ਇੱਕ ਸੈਕੂਲਰ ਸਟੇਟ ਆ, ਤਾਂ ਮਤਲਬ ਕਿਸੇ ਦਾ ਕੋਈ ਮਤਲਬ ਨਹੀਂ ਮੰਨਦਾ ਕਿ ਇੱਕ ਧਰਮ ਦੇ ਵੱਲ ਨੂੰ ਜਾਣ ਜਾਂ ਧਰਮ ਦੇ ਉੱਤੇ ਕੋਈ ਵੀ ਕਮੈਂਟ ਕਰੇ। ਇਹਨਾਂ ਨੇ ਕਰਨੀ ਆ ਰਾਜਨੀਤੀ ਤਾਂ ਕਰਨ, ਡਿਵੈਲਪਮੈਂਟ 'ਤੇ ਕਰਨ, ਉਹ ਉਸ ਵੱਲ ਧਿਆਨ ਦੇਣ, ਬਸ ਮੇਰਾ ਮਤਲਬ ਇਹੀ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਕੀ ਨਾਮ ਹੈ ਤੁਹਾਡਾ? ਗੁਰਮੀਤ ਸਿੰਘ। ਗੁਰਮੀਤ, ਕੱਲ ਰਾਹੁਲ ਗਾਂਧੀ ਦੀ ਤੁਸੀਂ ਗੱਲ ਸੁਣੀ ਹੋਣੀ ਹੈ, ਬਿਆਨ ਸੁਣਿਆ ਹੋਏਗਾ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਮੋਦੀ ਸਰਕਾਰ ਕੰਮ ਕਰ ਰਹੀ ਹੈ, ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧੇ, ਕਿ ਲੱਗ ਰਿਹਾ ਕਿ ਜੋ ਫਲਸਫੇ, ਜੋ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਦੀਆਂ ਸੀਗੀਆਂ, ਉਸ ਤੋਂ ਉਲਟ ਮੋਦੀ ਸਰਕਾਰ ਕੰਮ ਕਰ ਰਹੀ ਹੈ? ਦੇਖੋ, ਗੱਲ ਇੱਦਾਂ ਵੀ ਕਿਸੇ ਵੀ ਧਰਮ ਬਾਰੇ ਆਪਾਂ ਬੋਲਦੇ ਹਾਂ, ਪਹਿਲਾਂ ਤਾਂ ਇੰਡੀਆ 'ਚ ਧਰਮ ਔਰ ਪੋਲੀਟਿਕਸ ਨੂੰ ਇੱਕ ਮੰਨਿਆ ਜਾਂਦਾ, ਠੀਕ ਹੈ, ਹਰੇਕ ਕੋਈ ਰਿਲੀਜਨ ਕਾਰਡ ਖੇਲਦਾ ਹੀ ਹੈ ਵੋਟ ਲੈਣ ਲਈ। ਦੂਜੀ ਗੱਲ ਇਹ ਹੈ ਵੀ ਨਾ ਹੀ ਮੋਦੀ ਸਰਕਾਰ ਨੇ, ਨਾ ਹੀ ਕਾਂਗਰਸ, ਨਾ ਕਿਸੇ ਧਾਰਮਿਕ ਗੁਰੂ ਦੇ ਅੰਡਰ ਕੰਮ ਕਰਨਾ, ਉਹਨਾਂ ਨੇ ਐਜ ਏ ਜੋ ਕੋਨਸਟੀਟਿਊਸ਼ਨ ਜੋ ਉਹਨਾਂ ਨੂੰ ਮਿਲਿਆ ਵਾ ਉਹ ਕੰਮ ਕਰਨਾ ਹੈ, ਠੀਕ ਹੈ। ਉਹ ਕੰਮ ਕਰਨ ਦੇ ਬਾਬਤ ਨਹੀਂ ਕਰਦੇ ਆ, ਇਹ ਧਰਮ ਦਾ ਕਾਰਡ ਖੇਲਦੇ ਆ, ਜਿਸ ਕਾਰਨ, ਕਿਉਂਕਿ ਸਾਡੇ ਦੇਸ਼ 'ਚ ਕਈ ਧਰਮ ਨੇ, ਕਈ ਜਾਤਾਂ ਨੇ, ਅਤੇ ਜਾਤ ਦੇ ਆਧਾਰ 'ਤੇ ਦੇਖੋ, ਮੇਰੇ ਏਰੀਏ 'ਚ ਸਿਰਫ ਇੱਕ ਜਾਤ ਦਾ ਜ਼ਿਆਦਾ ਹੈ, ਅਤੇ ਉੱਥੇ ਹਮੇਸ਼ਾ ਹਰੇਕ ਪਾਰਟੀ ਉਸੇ ਜਾਤ ਦਾ ਬੰਦਾ ਖੜਾ ਕਰਦੀ ਹੈ, ਅਜਿਹੀ ਮੈਂ ਵੀ ਉਸੇ ਜਾਤ ਨੂੰ ਬਿਲੋਂਗ ਕਰਦਾ, ਪਰ ਫਿਰ ਵੀ ਮੈਂ ਜੋ ਦੇਖਿਆ ਉੱਥੇ ਇਹ ਹੈ। ਸੋ ਜ਼ਿਆਦਾਤਰ ਧਰਮ ਦਾ ਜੋ ਕਾਰਡ ਹੈ ਪੋਲੀਟਿਕਸ 'ਚ ਖੇਲਿਆ ਜਾਂਦਾ। ਹੁਣ ਜਿੱਦਾਂ ਰਾਹੁਲ ਗਾਂਧੀ ਨੇ ਕਿਹਾ, ਹੁਣ ਅੱਜ ਕੱਲ੍ਹ ਦੇਖੋ ਵੀ BJP, ਅਕਾਲੀ ਭਾਜਪਾ, ਇਹਨਾਂ ਤੋਂ ਪੰਜਾਬ ਦੇ ਸਿੱਖ ਨਾਰਾਜ਼ ਨੇ, ਜੇ ਆਪਾਂ ਦੇਖੀਏ। ਆਮ ਆਦਮੀ ਪਾਰਟੀ ਹਾਲੇ ਇੰਨੀ ਹੋਈ ਨਹੀਂ ਹੈ ਕਿ ਉਹ ਲੋਕ ਸਭਾ ਇਲੈਕਸ਼ਨ ਜਿੱਤ ਸਕਦੀ ਹੈ, ਤਾਂ ਇਹ ਰਾਹੁਲ ਗਾਂਧੀ ਨੇ ਸ਼ਾਇਦ ਇਹ ਸੋਚਿਆ ਵੀ ਗੁਰੂ ਨਾਨਕ ਦੇਵ ਜੀ ਬਾਰੇ ਕਹਿ ਕੇ ਤਾਂ ਮੈਂ ਕੋਈ ਸਿੱਖਾਂ ਦੀ ਵੋਟ ਇੱਧਰ ਲੈ ਲਾਂ। ਸੋ ਇਹ ਸਿਰਫ ਕਾਰਡ ਖੇਲੇ ਜਾ ਰਹੇ ਨੇ। ਦੇਖੋ, BJP ਨੂੰ ਹਿੰਦੂ ਕਿਹਾ ਜਾਂਦਾ ਹੈ, ਠੀਕ ਹੈ, ਹਿੰਦੂ ਮਾਈਂਡਡ ਹੈ, ਅਤੇ ਕਾਂਗਰਸ ਨੂੰ ਕਿਹਾ ਜਾਂਦਾ ਥੋੜ੍ਹੀ ਮੁਸਲਿਮ ਸਪੋਰਟ ਹੈ, ਅਕਾਲੀ ਭਾਜਪਾ ਅੱਜ ਤੱਕ ਵੋਟਾਂ ਲੈਂਦੀ ਰਹੀ ਹੈ ਕਿ ਅਸੀਂ ਸਿੱਖਾਂ ਦੀ ਇੱਕ ਜਥੇਬੰਦੀ ਹੈ ਜੋ ਕਿ 1922-24 'ਚ ਬਣੀ ਸੀ, ਠੀਕ ਹੈ, ਪਰ ਹੁਣ ਉਹਨਾਂ ਦਾ ਫੇਲ ਹੋ ਗਿਆ, ਠੀਕ ਹੈ। ਹੁਣ ਉਹ ਸਿਰਫ ਇਹ ਕਰ ਰਹੇ ਨੇ ਕਿ ਹੁਣ ਇਸੇ ਲਈ ਰਾਹੁਲ ਗਾਂਧੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਇੱਥੇ ਜਾਣਗੇ, ਗੁਰੂ ਨਾਨਕ ਦੇ ਸਾਊਥ ਜਾਣਗੇ, ਕਿਤੇ ਹੋਰ ਰਾਮਾ ਲਿੰਗਮ ਦਾ ਕਰ ਆਉਣਗੇ। ਸੋ ਉਹ ਜਿੱਥੇ ਜਿੱਥੇ ਜਾਣਗੇ, ਜਿੱਥੇ ਜੋ ਮਜੋਰਟੀ ਹੈ ਕਿ ਕਾਸਟਿਜ਼ਮ ਰਿਲੀਜ਼ਮ, ਅਸੀਂ ਉਹ ਉੱਪਰ ਰੱਖਣਾ, ਇਹ ਚੀਜ਼ ਹੈ ਉਹਨਾਂ ਦੀ। ਕੀ ਨਾਮ ਹੈ? ਸ਼ਬਾਨਾ। ਕੀ ਲੱਗ ਰਿਹਾ ਕਿ ਜੋ ਰਾਹੁਲ ਗਾਂਧੀ ਦਾ ਕੱਲ੍ਹ ਬਿਆਨ ਆਇਆ ਕਿ ਮੋਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਉਲਟ ਕੰਮ ਕਰ ਰਹੀ ਹੈ, ਸਹਿਮਤ ਹੋ? ਹਾਂਜੀ, ਮੈਂ ਕੁਛ ਹੱਦ ਤੱਕ ਮੈਂ ਸਹਿਮਤ ਹਾਂ, ਬਿਕੋਜ਼ ਅੱਜ ਕੱਲ੍ਹ ਕੀ ਹੈ ਵੀ ਜਿਹੜੀ ਪੋਲੀਟਿਕਸ ਹੈ, ਪੋਲੀਟਿਕਸ ਦਾ ਮਤਲਬ ਹੁੰਦਾ ਵੀ ਚਲੋ ਠੀਕ ਹੈ ਵੀ ਅਸੀਂ ਕੁਛ ਕੰਟਰੀ ਵਾਸਤੇ ਕਰ ਰਹੇ ਹਾਂ, ਅਸੀਂ ਕੁਛ ਡੈਮੋਕ੍ਰੇਸੀ ਵਾਸਤੇ ਕਰ ਰਹੇ ਹਾਂ, ਅਸੀਂ ਲੋਕਾਂ ਵਾਸਤੇ ਕੁਛ ਕਰ ਰਹੇ ਹਾਂ। ਉਹ ਲੋਕਾਂ ਵਾਸਤੇ ਨਹੀਂ, ਉਹ ਆਪਣੇ ਵਾਸਤੇ ਕਰ ਰਹੇ ਹਾਂ, ਅਤੇ ਉਹ ਲੋਕਾਂ ਨੂੰ ਭੜਕਾ ਕੇ ਧਰਮ 'ਤੇ ਲੜ ਰਹੇ ਹਾਂ। ਅਗਰ ਵੇਖਿਆ ਜਾਵੇ, ਸਿੰਪਲ ਜਿਹਾ ਐਗਜ਼ਾਮਪਲ ਹੈ, UP 'ਚ ਬਾਬਰੀ ਮਸਜਿਦ ਦਾ ਕੇਸ ਹੁਣੇ ਤੱਕ ਚੱਲਦਾ ਆ ਰਿਹਾ, ਠੀਕ ਹੈ, ਅਤੇ ਉਹਨੂੰ ਇੰਨਾ ਟਾਈਮ ਹੋ ਚੁੱਕਿਆ, ਉਹਦੇ ਮਤਲਬ ਕਿ ਇੱਦਾਂ ਤਾਂ ਲੜਨ ਦਾ ਹੀ ਕੰਮ ਹੈ ਉਹ, ਠੀਕ ਹੈ। ਤਾਂ ਫਿਰ ਇਹਦੇ 'ਚ ਕੀ ਹੈ ਵੀ ਐਟਲੀਸਟ ਦੇ ਹੈਵ ਟੂ ਥਿੰਕ ਵੀ ਜਿਹੜੇ ਲੋਕ ਹੈ, ਆਪਣੀ ਇੰਡੀਆ ਜੋ ਹੈਗੀ ਉਹ ਸੈਕੂਲਰ ਕੰਟਰੀ ਹੈ, ਠੀਕ ਹੈ, ਅਤੇ ਇੰਡੀਆ 'ਚ ਐਵੇਂ ਵੀ ਡਿਫਰੈਂਟ ਡਿਫਰੈਂਟ ਰਿਲੀਜਨ ਹੈ, ਜੇ ਅਸੀਂ ਸਾਰੇ ਰਿਲੀਜਨਸ ਨੂੰ ਲੈ ਕੇ ਨਾਲ ਚੱਲੂਗੇ ਤਾਂ ਬਹੁਤ ਵਧੀਆ ਰਹੂੰਗਾ, ਇਨਸਟੇਡ ਆਫ ਕਿ ਤੁਸੀਂ ਉਹਨਾਂ ਦੇ ਵਿੱਚ ਲੜਾਈ ਕਰਾਉਂਗੇ, ਕਿਉਂਕਿ ਐਟ ਪ੍ਰੈਜੈਂਟ ਹਾਲੇ ਕੋਈ ਵੀ ਜਜਮੈਂਟ ਨਹੀਂ ਪਾਸ ਹੋ ਪਾ ਰਹੀ। ਅਤੇ ਇਹਦਾ ਇੱਕ ਹੋਰ ਐਗਜ਼ਾਮਪਲ ਹੈ ਵੀ ਜਿਵੇਂ ਕਿ ਹੁਣ ਸਾਊਥ 'ਚ ਚਲ ਜਾਂਦੇ ਹਾਂ ਅਸੀਂ, ਉੱਥੇ ਹਾਲੇ ਵਰਡਿਕਟ ਆਇਆ ਸੀ ਸੁਪਰੀਮ ਕੋਰਟ ਦਾ ਵੀ ਉਹ ਮੰਦਿਰ 'ਚ ਕਿ ਵੂਮੈਨਸ ਵਿਜ਼ਿਟ ਕਰ ਸਕਦੀਆਂ, ਬਟ ਸਟਿਲ ਦੇ ਕ੍ਰੀਏਟ ਅ ਪੋਲੀਟੀਕਲ ਇਸ਼ੂ, ਬਿਕੋਜ਼ ਹੁਣ ਇਲੈਕਸ਼ਨਸ ਆ ਰਹੇ ਹੈ, ਤੁਸੀਂ ਵੇਖਿਆ ਹੀ ਹੈ ਵੀ ਹੁਣ ਅਟੈਕਸ ਹੋਏ ਹੈ, ਕੁਛ ਵੀ ਕੋਈ ਜਜਮੈਂਟ ਪ੍ਰੋਪਰ ਨਹੀਂ ਹੈ, ਕੁਛ ਵੀ ਕੁਛ ਪਰੂਫ ਨਹੀਂ ਹੈਗੇ ਵੀ ਅਟੈਕਸ ਪ੍ਰੋਪਰ ਹੋਏ ਵੀ ਹੈਗੇ ਜਾਂ ਨਹੀਂ ਹੋਏ, ਤਾਂ ਕਿਤੇ ਨਾ ਕਿਤੇ ਇਹ ਮੁੱਦਾ ਬਣਿਆ ਹੋਇਆ। ਬਟ ਟਰੂਲੀ ਸਪੀਕਿੰਗ, ਮੈਂ ਫੋਰ ਦਾ ਫਸਟ ਟਾਈਮ ਮੈਂ ਵੇਖਿਆ ਵੀ BJP ਦੀ ਸਰਕਾਰ ਦੇ ਟਾਈਮ 'ਤੇ ਆਹ ਕੁਝ ਜ਼ਿਆਦਾ ਹੋਇਆ। ਅੱਛਾ, ਰਾਹੁਲ ਗਾਂਧੀ ਨੇ ਕਿਹਾ ਹੈ ਕਿ BJP ਕਰ ਰਹੀ ਹੈ, ਕਿ ਤੁਹਾਨੂੰ ਲੱਗ ਰਿਹਾ ਕਿ ਸਿਰਫ ਤੋਂ ਸਿਰਫ BJP ਕਰ ਰਹੀ ਹੈ, ਬਾਕੀ ਦੀਆਂ ਰਾਜਨੀਤਿਕ ਪਾਰਟੀਆਂ ਧਰਮ 'ਤੇ ਰਾਜਨੀਤੀ ਜਾਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ? ਦੇਖੋ, ਜੇ ਅਸੀਂ ਕੰਟਰੋਵਰਸੀ 'ਚ ਜਾਈਏ ਤਾਂ ਕਿਤੇ ਨਾ ਕਿਤੇ ਤਾਂ ਲੱਗਦਾ ਵੀ ਚਲੋ ਠੀਕ ਹੈ BJP ਕਰ ਰਹੀ ਹੈ, ਬਿਕੋਜ਼ ਮੁੱਦੇ ਹੀ ਐਵੇਂ ਦੇ ਉੱਠੇ ਹੋਏ ਹੈ, ਕਿਉਂਕਿ UP 'ਚ BJP ਹੈ, ਠੀਕ ਹੈ, CM BJP ਦਾ, ਅਤੇ ਓਬਵੀਅਸ ਗੱਲ ਹੈ CM ਬਣਿਆ ਵੀ ਐਵੇਂ ਦਾ ਬੰਦਾ ਵੀ ਜਿਹਨੂੰ ਅਸੀਂ ਐਕਸਪੈਕਟ ਨਹੀਂ ਕਰ ਰਹੇ ਸੀ ਵੀ ਇਹ ਹੋ ਸਕਦਾ, ਤਾਂ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਕੰਟਰਾਵਰਸੀ ਕ੍ਰੀਏਟ ਕੀਤੀ ਹੈ ਵੀ ਹਾਂ ਵੀ ਚਲੋ ਅਸੀਂ ਬਾਬਰੀ ਮਸਜਿਦ ਕੀ ਕੇਸ ਚੱਕਿਆ ਹੋਇਆ, ਰਾਮ ਮੰਦਿਰ ਦਾ ਕੇਸ ਚੱਕਿਆ ਹੋਇਆ, ਅਤੇ ਸਮ ਹਾਓ ਉਹ ਨਾ ਪੋਲੀਟਿਕਸ ਕੁਝ ਜ਼ਿਆਦਾ ਇੰਡਲਜ ਹੋ ਰਹੀ ਹੈ ਰਿਲੀਜਨਸ ਤੋਂ ਲੈ ਕੇ, ਇੰਸਟੈਡ ਆਫ ਦ ਟੇਕਿੰਗ ਕੇਅਰ ਆਫ ਦ ਡਿਵਲਪਮੈਂਟ ਦੇ ਜਸਟ ਗੋ ਥਰੂ ਵਿਦ ਦ ਰਿਲੀਜੀਅਸ ਐਕਟੀਵਿਟੀ, ਤਾਂ ਉਹਨਾਂ ਨੂੰ ਉਹ ਨਹੀਂ ਕਰਨਾ ਚਾਹੀਦਾ। ਸੋ ਮੇਰਾ ਹੈਗਾ ਵੀ ਐਟਲੀਸਟ ਉਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਵੀ ਅਸੀਂ ਇੰਡੀਆ 'ਚ ਕਰਨਾ ਕੀ ਹੈ, ਅਸੀਂ ਉਹਨੂੰ ਇੰਪਰੂਵ ਕਰ ਸਕਦੇ ਹਾਂ, ਇੰਸਟੈਡ ਆਫ ਅਸੀਂ ਰਿਲੀਜਨ 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 ਕਰੀਏ। ਤਾਂ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ, ਨੌਜਵਾਨਾਂ ਦਾ ਵੀ ਇਹੋ ਕਹਿਣਾ ਹੈ ਕਿ BJP ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਨਾਲ ਦੀ ਨਾਲ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਇਕੱਲੀ BJP ਹੀ ਨਹੀਂ, ਬਾਕੀ ਦੀਆਂ ਜਿਹੜੀਆਂ ਰਵਾਇਤੀ
ਸੋ ਇੱਥੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੁਝ ਹੋਰ ਨੌਜਵਾਨ ਵੀ ਸਾਡੇ ਨਾਲ ਇੱਥੇ ਇਸ ਵਕਤ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜੋ ਇਸ ਵਕਤ ਦੇਸ਼ ਦੇ ਵਿੱਚ ਰਾਜਨੀਤਿਕ ਮਾਹੌਲ ਬਣਿਆ ਹੋਇਆ, ਕੀ ਕਹਿੰਦਾ ਰਾਜਨੀਤਿਕ ਮਾਹੌਲ? ਰਾਜਨੀਤਿਕ ਮਾਹੌਲ ਯਾਰ ਬਹੁਤ ਬਣਿਆ ਹੋਇਆ ਹੈਗਾ, ਅਤੇ ਅਸੀਂ ਦੇਖ ਚੱਕਿਆ ਵੀ ਆਰਮੀ 'ਤੇ ਵੀ ਰਾਜਨੀਤੀ ਹੋ ਰਹੀ ਆ। ਅਤੇ ਤੁਸੀਂ ਕੀ ਸਵਾਲ ਪੁੱਛਣਾ ਚਾਹੁੰਦੇ ਮੈਨੂੰ, ਉਹ ਸਵਾਲ ਕਲੀਅਰ ਕਰ ਦਿਓ। ਮੈਂ ਇਹ ਪੁੱਛਣਾ ਚਾਹੁੰਦਾ, ਕੱਲ੍ਹ ਰਾਹੁਲ ਗਾਂਧੀ ਦੇ ਵੱਲੋਂ ਮੋਗਾ ਰੈਲੀ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਜੋ ਮੋਦੀ ਸਰਕਾਰ ਹੈ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ। ਲੱਗ ਰਿਹਾ ਕਿ ਮੋਦੀ ਸਰਕਾਰ ਰਾਜਨੀਤੀ ਹੈ ਜਿਹੜੀ ਉਹ ਨਫ਼ਰਤ ਦੀ ਫੈਲਾ ਰਹੀ ਹੈ? ਠੀਕ ਹੈ, ਅਤੇ ਜਦੋਂ ਕਾਂਗਰਸ ਸਰਕਾਰ ਆਈ ਫਿਰ ਮੋਦੀ ਕਹਿ ਦੂਗਾ ਵੀ ਇਹ ਨਫ਼ਰਤ ਦੀ ਰਾਜਨੀਤੀ ਫੈਲਾ ਰਹੇ ਨੇ? ਜਦੋਂ ਇੱਥੇ ਅਕਾਲੀ ਹੁੰਦੇ ਨੇ ਉਦੋਂ ਕਾਂਗਰਸ ਕਹਿੰਦੀ ਹੈ, ਜਦੋਂ ਕਾਂਗਰਸ ਹੁੰਦੀ ਹੈ ਫਿਰ ਅਕਾਲੀ ਕਹਿੰਦੇ ਨਫ਼ਰਤ ਦੀ, ਇੱਕ ਦੂਜੇ ਨੂੰ ਕਹੀ ਜਾਂਦੇ ਨੇ ਨਫ਼ਰਤ ਦੀ ਰਾਜਨੀਤੀ ਫੈਲਾ ਰਹੇ ਨੇ। ਘੱਟ ਦੋਵੇਂ ਨਹੀਂ ਹੈਗੇ, ਘੱਟ ਕੋਈ ਵੀ ਸਰਕਾਰ ਨਹੀਂ ਹੁੰਦੀ। ਜਦੋਂ ਕਾਂਗਰਸ ਦੇ ਵਕਤ ਸੀਗੇ ਉਦੋਂ ਵੀ ਕਿੰਨੀ ਨਫ਼ਰਤ ਫੈਲਾਈ ਗਈ ਆ, ਉਦੋਂ ਵੀ ਤਾਂ ਸਾਡੇ 84 ਵਾਲੇ ਕਾਂਡ ਹੋਏ ਨੇ, ਉਦੋਂ ਵੀ ਤਾਂ ਬਹੁਤ ਮੁਸਲਮਾਨਾਂ 'ਤੇ ਅੱਤਿਆਚਾਰ ਹੋਇਆ ਗਾ, ਹੈ ਨਾ? ਅਤੇ ਬੀਜੇਪੀ ਸਰਕਾਰ ਵੀ ਇਹੋ ਜਿਹਾ ਕੁਛ ਹੀ ਕਰ ਰਹੀ ਆ। ਅਤੇ ਬੀਜੇਪੀ ਸਰਕਾਰ ਜਿਵੇਂ ਨਫ਼ਰਤ, ਅਸਲ ਇਹਦੇ ਵਿੱਚ ਨਫ਼ਰਤ ਇਹ ਆ ਨਾ ਵੀ ਜਿਵੇਂ ਮੀਡੀਆ ਇਹਨਾਂ ਦੇ ਹੱਥ 'ਚ ਆਇਆ ਹੋਇਆ ਗਾ, ਅਤੇ ਉਹਦੇ ਅਕੋਰਡਿੰਗ ਤੁਹਾਡਾ ਮੈਨੂੰ ਪਤਾ ਨਹੀਂ ਹੈਗਾ, ਬਾਕੀ ਜਿਹੜਾ ਮੀਡੀਆ ਹੋਰ ਆ ਨਾ ਉਹ ਬਹੁਤ ਨਫ਼ਰਤ ਫੈਲਾ ਰਿਹਾ ਗਾ, ਅਤੇ ਲੋਕਾਂ ਦੇ ਵਿੱਚ ਗਲਤ ਚੀਜ਼ਾਂ ਲੈ ਕੇ ਜਾਣੀਆਂ, ਗਲਤ ਅਨੁਮਾਨ ਲੈ ਕੇ ਜਾਣੇ, ਗਲਤ ਅੰਦਾਜ਼ੇ ਲੈ ਕੇ ਜਾਣੇ, ਗਲਤ ਐਨਾਲਿਸਿਸ, ਗਲਤ ਮਤਲਬ ਕਿ ਛਾਣਬੀਣ ਲੈ ਕੇ ਜਾਣੀ ਲੋਕਾਂ ਦੇ ਵਿੱਚ, ਉਹ ਬਹੁਤ ਘਟੀਆ। ਹੁਣ ਇੱਕ ਫੇਸਬੁੱਕ 'ਤੇ ਜਿਵੇਂ ਅਭਿਨੰਦਨ ਦੀ ਇੱਕ ਵੀਡੀਓ ਬਣਾ ਕੇ ਪਾਈ ਗਈ ਹੈਗੀ, ਹੈ ਨਾ, ਵੀ ਉੱਥੇ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਉਹਦੇ ਅਕੋਰਡਿੰਗ, ਅਤੇ ਮਤਲਬ ਕਿ ਕਸ਼ਮੀਰ ਦੇ ਲੋਕ ਕਿਉਂ ਇਹੋ ਜਿਹਾ ਕੁਛ ਕਰਨ ਨੂੰ ਤਿਆਰ ਨੇ ਉਹ 'ਤੇ ਗੱਲ ਨਹੀਂ ਕੀਤੀ ਜਾ ਰਹੀ, ਹੈ ਨਾ, ਅਤੇ ਉਹਨੂੰ ਨਫ਼ਰਤ ਦਾ ਇੱਕ ਪਹਿਲੂ ਬਣਾ ਕੇ ਲੋਕਾਂ ਦੇ ਵਿੱਚ ਮੁਸਲਮਾਨਾਂ ਪ੍ਰਤੀ ਆਤੰਕਵਾਦੀ ਬਣਾ ਕੇ ਪੇਸ਼ ਕੀਤਾ ਰਿਹਾ ਮੁਸਲਮਾਨਾਂ ਨੂੰ ਉਹਨਾਂ ਦੇ ਵਿੱਚ। ਅਤੇ ਇਸ ਤਰ੍ਹਾਂ ਦੀ ਨਫ਼ਰਤ ਤਾਂ ਕਾਂਗਰਸ ਹੀ ਫੈਲਾਉਂਦੀ ਆਈ ਆ, ਅਤੇ ਇਹ ਬੀਜੇਪੀ, ਇਹਨਾਂ ਦੋਵਾਂ ਦਾ ਇਹੀ ਕੰਮ ਰਿਹਾ ਗਾ। ਅੱਛਾ, ਇੱਕ ਗੱਲ ਰਾਹੁਲ ਗਾਂਧੀ ਦੇ ਵੱਲੋਂ ਕੱਲ੍ਹ ਹੋਰ ਕੀਤੀ ਗਈ, ਉਹ ਕਹਿ ਰਹੇ ਸਨ ਕਿ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਸਨ ਉਸ ਤੋਂ ਉਲਟ ਮੋਦੀ ਸਰਕਾਰ ਕੰਮ ਕਰ ਰਹੀ ਹੈ। ਕਿ ਲੱਗ ਰਿਹਾ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਭਾਈਚਾਰਕ ਸਾਂਝ ਦੀ ਗੱਲ ਕੀਤੀ, ਮੋਦੀ ਸਰਕਾਰ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ? ਮਤਲਬ ਬਾਬੇ ਨਾਨਕ ਦੇ ਪੈਰੋਕਾਰ ਤਾਂ ਬਹੁਤ ਕਹਾਉਂਦੇ ਨੇ ਇੱਥੇ, ਪਰ ਉਹਨਾਂ ਦੇ ਕਹੇ ਅਨੁਸਾਰ ਕੋਈ ਨਹੀਂ ਚੱਲ ਰਿਹਾ ਹੈਗਾ, ਹੈ ਨਾ। ਬੀਜੇਪੀ ਤਾਂ ਮਨੁਵਾਦੀ ਸੋਚ 'ਤੇ ਚੱਲ ਰਹੀ ਆ, ਉਹ ਤਾਂ ਮਤਲਬ ਕਿ ਔਰਤ ਨੂੰ ਅੱਜ ਵੀ ਆਹ ਲਾਈ ਬੈਠਣ ਟੈਂਟ ABP ਵਾਲੇ, ਇਹ ਬੀਜੇਪੀ ਦੇ ਉਹ ਨੇਗੇ ਥੱਲੇ ਲੱਗੇ ਹੋਏ, RSS ਦੇ ਥੱਲੇ ਲੱਗੇ ਹੋਏ ਨੇ, ਮਤਲਬ ਜੇ ਵੂਮੈਨ ਡੇ ਮਨਾ ਰਹੇ ਨੇ। ਕੋਈ ਬਕਸੀ ਜਦੋਂ ਕਿਸੇ ਕੁੜੀ ਨਾਲ ਰੇਪ ਹੋ ਰਿਹਾ ਤਾਂ ਰੇਪਿਸਟ ਦੇ ਹੱਕ 'ਚ ਨਾਰੇ ਲਾਉਣ ਵਾਲੇ ਵੀ ਹੀ ਸੀਗੇ ਫਿਰ, ਹੈ ਨਾ। ਅਤੇ ਮਤਲਬ ਇਹੋ ਜਿਹੀਆਂ ਦੋਗਲਾ ਨੀਤੀਆਂ ਇਹ ਅਪਣਾ ਰਹੇ ਨੇ, ਦੋਗਲੇ ਬਣ ਕੇ ਲੋਕਾਂ ਦੇ ਸਾਹਮਣੇ ਆਉਂਦੇ ਨੇ। ਪਹਿਲਾਂ ਤਾਂ ਉਹੀ ਗਰੀਬਾਂ ਅਤੇ ਮਜ਼ਦੂਰਾਂ 'ਤੇ ਅੱਤਿਆਚਾਰ ਕਰਦੇ ਨੇ ਇਹ, ਫਿਰ ਉਹਨਾਂ ਨੂੰ ਕਹਿੰਦੇ ਨੇ ਅਸੀਂ ਤੁਹਾਡੇ ਰਕਸ਼ਕ ਹਾਂ, ਮਤਲਬ ਉਹਨਾਂ ਨੂੰ ਉਲਝਾਉਣ ਲਈ ਮੀਡੀਆ ਵਰਤਦੇ ਨੇ। ਫਿਰ ਇਸ ਤਰ੍ਹਾਂ ਦੀ ਇਹ ਗੰਦੀ ਰਾਜਨੀਤੀ ਸਾਰੇ ਹੀ ਖੇਡ ਰਹੇ ਨੇ, ਅਤੇ ਲੋਕਾਂ ਨੂੰ ਸੂਝਵਾਨ ਹੋਣ ਦੀ ਲੋੜ ਆ। ਲੋਕ, ਮੈਂ ਤਾਂ ਕਹਿਣਾ ਵੀ ਜਿਵੇਂ ਰਵੀਸ਼ ਕੁਮਾਰ ਵੀ ਕਹਿੰਦਾ ਵੀ TV ਘੱਟ ਦੇਖਿਆ ਕਰੋ, TV ਤੋਂ ਜਿੰਨਾ ਬਚਿਆ ਜਾਂਦਾ ਬਚੋ, TV 'ਤੇ ਅੱਜ ਕੱਲ੍ਹ ਬਹੁਤ ਗੰਦ ਆ ਰਿਹਾ, ਬਹੁਤ ਘਟੀਆ ਨੌਲੇਜ ਦਿੱਤੀ ਜਾ ਰਹੀ ਆ। ਉਦੋਂ ਤਾਂ ਇੰਨਾ ਕਹਾਂ ਵੀ ਲੋਕਾਂ ਦੇ ਵਿੱਚ ਤੁਸੀਂ ਆਪਦੀ ਸੂਝ ਅਨੁਸਾਰ ਸੋਚੋ ਵੀ ਇਹ ਲੋਕ ਕਿਉਂ ਕਰ ਰਹੇ ਨੇ ਇਸ ਤਰ੍ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਭਾਅ ਜੀ? ਮੇਰਾ ਨਾਮ SP ਸਿੰਘ ਜੀ। ਅੱਛਾ SP ਜੀ, ਕੀ ਲੱਗ ਰਿਹਾ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਕਿ BJP ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ, ਲੱਗ ਰਿਹਾ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ? ਦੇਖੋ, ਇਹ ਦੋਨੇ ਇੱਕ ਪਲੜੇ, ਦੋਨੇ ਮਤਲਬ ਇੱਕ ਸਿੱਕੇ ਦੋਨੇ ਪਾਸੇ ਇੱਕੋ ਜਿਹੇ ਨੇ ਦੋਨੇ ਇਹ। ਪਹਿਲਾਂ ਹੁਣ ਜਿਵੇਂ ਆਹ ਜਿਹੜਾ ਮੰਦਰ ਵਾਲਾ ਮੁੱਦਾ ਚੱਕਿਆ ਸੀ, ਉਹ ਖੋਲ੍ਹੇ ਕੀ ਨੇ ਸੀ, ਇਹਦੇ ਪਿਓ ਨਹੀਂ ਖੋਲ੍ਹੇ ਸੀ ਨੇ, ਉਹਦੇ ਨੇ ਪੱਪੂ ਦੇ ਨੇ, ਅਤੇ ਅੱਜ ਉਹਨੇ ਮੋਦੀ ਨੇ ਚੱਕ ਲਿਆ। ਜਦੋਂ ਮੋਦੀ ਨੂੰ ਉਹਦੇ ਵਿੱਚ ਕੁਛ ਨਹੀਂ ਨਿਕਲਿਆ ਤਾਂ ਉਹਨੇ ਪੁਲਵਾਮਾ ਅਟੈਕ ਕਰਵਾ ਲਿਆ, ਉਹਨਾਂ ਨੇ ਕਸ਼ਮੀਰ ਦਾ ਮੁੱਦਾ ਚੱਕ ਲਿਆ, ਮਸਲਾ ਕੁਛ ਨਹੀਂ ਗਾ, ਲੈਣਾ ਇਹਨਾਂ ਵੋਟਾਂ ਵਾਸਤੇ ਆ। ਪਰ ਮੈਂ ਤੁਹਾਨੂੰ ਇੱਕ ਥੋੜ੍ਹੀ ਅਪੀਲ ਕਰਦਾ ਮੀਡੀਆ ਨੂੰ, ਮੀਡੀਆ ਜੇ ਸਹੀ ਪੱਖ ਰੱਖਦੇ ਤਾਂ ਜਨਤਾ ਸਾਹਮਣੇ ਬਹੁਤ ਵੱਡੀ ਇੱਕ ਮੈਸੇਜ ਆ ਸਕਦਾ। ਮੈਂ ਤਾਂ ਅਪੀਲ ਹੀ ਕਰ ਰਿਹਾ ਤੁਹਾਨੂੰ, ਅਤੇ ਦੂਜੀ ਵਾਰ ਇਹ ਭਰਾ ਮੀਡੀਆ 'ਤੇ ਮੇਰਾ ਕੋਈ ਇਹ ਤਾਂ ਵਿਸ਼ਵਾਸ ਨਹੀਂ ਰਿਹਾ ਹੈਗਾ, ਅਤੇ ਮੇਰਾ ਸਰ ਸੋਰੀ, ਮੈਂ ਤੁਸੀਂ ਆਏ ਹੈਗੇ ਤਾਂ ਮੈਂ ਤਾਂ ਬੋਲ ਰਹੇ ਨੇ, ਮੇਰਾ ਬੋਲਣਾ ਬਿਲਕੁਲ ਪੱਖ ਨਹੀਂ ਸੀ, ਮੈਨੂੰ ਦਿਲ ਹੀ ਨਹੀਂ ਕਰ ਰਹੀ ਬੋਲਣ ਨੂੰ ਮੇਰਾ। ਤਾਂ ਜੋ ਅੱਜ ਮੀਡੀਆ ਨੇ ਕੀਤਾ ਗਾ ਉਹ ਬਹੁਤ ਆਪਣੇ ਲਈ ਸ਼ਰਮਿੰਦਗੀ ਦੀ ਗੱਲ ਲੱਗੀ, ਵੀ ਉਹਨਾਂ ਮੀਡੀਆ ਇੱਕ ਸ਼ੀਸ਼ਾ ਹੁੰਦਾ ਸਮਾਜ ਦਾ, ਜੋ ਉਹਨੇ ਬਣ ਕੇ ਸੱਚ ਸਾਹਮਣੇ ਰੱਖਣਾ ਹੁੰਦਾ, ਪਰ ਮੀਡੀਆ ਅੱਜ ਵੇਖ ਕੇ ਉਲਟ ਸਰਕਾਰ ਦਾ ਪੱਖ ਰੱਖ ਰਿਹਾ ਹੈਗਾ। ਅੱਛਾ, ਇਹ ਸਾਰੇ ਕੁਛ ਨੂੰ ਰੋਕਣ ਦੇ ਲਈ ਤੁਸੀਂ ਯੂਥ ਹੋ, ਨੌਜਵਾਨ ਹੋ, ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਵਾਉਣ ਦੇ ਲਈ ਸਿਆਸੀ ਪਾਰਟੀਆਂ ਦੇ ਉੱਤੇ ਕਿਸ ਤਰ੍ਹਾਂ ਦਾ ਦਬਾਅ ਬਣਵਾ ਸਕਦੇ ਹੋ? ਕਿਸ ਤਰ੍ਹਾਂ ਯੂਥ ਦੇਸ਼ ਦੇ ਵਿੱਚ ਜਿਹੜੀ ਗੰਦੀ ਰਾਜਨੀਤੀ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ, ਤੁਹਾਡੀ ਰਾਏ ਕੀ ਹੈ? ਰਾਏ ਤਾਂ ਸਾਡੀ ਆਏ ਹੈਗੇ, ਯੂਥ ਨੂੰ ਆਪ ਚਾਹੀਦਾ ਹੈਗਾ, ਯੂਥ ਇੱਕ ਸਮਾਜ ਦਾ ਉਹ ਵਰਗ ਹੁੰਦਾ ਹੈਗਾ, ਮਤਲਬ ਇੱਕ ਇਹੋ ਜਿਹਾ ਸੁਲਝਿਆ ਹੋਇਆ ਵਰਗ ਮੰਨਦਾ ਮੈਂ, ਜੋ ਕਿ ਹੁੰਦਾ ਜਿਹਦਾ ਫਰਜ਼ ਮੰਨਦਾ ਹੈਗਾ ਵੀ ਉਹ ਸੁਸਾਇਟੀ 'ਚ ਉਤਰੇ, ਆਪ ਛਾਣਬੀਣ ਕਰਕੇ ਜੋ ਸੱਚ ਆ ਉਹ ਸਾਹਮਣੇ ਰੱਖੇ ਅਤੇ ਉਹਨੂੰ ਨਿਰਖੇ,
ਵੀ ਸੱਚ ਹੈ ਕੀ ਆ, ਨਾ ਕਿ ਉਹ ਮੀਡੀਆ ਅਤੇ ਸੁਣੇ ਸੁਣੇ ਗੱਲ ਮਗਰ ਲਾ ਕੇ ਉਹ ਚੀਜ਼ ਨੂੰ ਗਾਂਹ ਸਰਬ ਕਰੀ ਜਾਵੇ, ਜਿਹਦੇ ਕਾਰਨ ਇੱਕ ਸੁਸਾਇਟੀ 'ਚ ਇਹੋ ਜਿਹਾ ਗੰਦਾ ਮਾਹੌਲ ਬਣਦਾ ਹੈਗਾ, ਜਿਹਦੇ ਕਾਰਨ ਉਹ ਇਹ ਜਿਹੇ ਗੰਦੇ ਲੀਡਰਾਂ ਮਗਰ ਲੱਗ ਕੇ ਸਾਨੂੰ ਧਰਮ ਨਾਂ 'ਤੇ ਲੜਾਤਾ ਕਿਤੇ, ਸਾਨੂੰ ਜਾਤ ਦੇ ਨਾਂ 'ਤੇ ਲੜਾਤਾ ਕਿਤੇ, ਜੋ ਗਲਤ ਰੀਤਾਂ ਤੁਰੀਆਂ ਹੋਣ ਇਹਨੂੰ ਕੱਟਣਾ ਚਾਹੀਦਾ ਹੈਗਾ, ਪਰ ਇੱਥੇ ਉਲਟ ਹੋ ਰਿਹਾ, ਯੂਥ ਉਹਨਾਂ ਮਗਰੀ ਲੱਗ ਕੇ ਉਹੋ ਜਿਹਾ ਬਣ ਰਿਹਾ ਹੈਗਾ, ਜੋ ਕਿ ਸੁਸਾਇਟੀ ਲਈ ਬਹੁਤ ਘਟੀਆ ਮਤਲਬ ਚੀਜ਼ ਹੈਗੀ। ਯੂਥ 'ਤੇ ਅਪੀਲ ਅਪੀਲ ਕੀਤੀ ਹੁੰਦੀ ਹਮੇਸ਼ਾ, ਯਾਰ ਚੱਲ ਅੱਜ ਸਾਡਾ ਮਤਲਬ ਨੋਰਮਲੀ ਆਪਣੇ ਘਰ ਮਾਪੇ ਕਹਿੰਦੇ ਹੁੰਦੇ ਨੇ ਮੇਰਾ ਪੁੱਤ ਬਰਾਬਰ ਦਾ ਹੋ ਗਿਆ, ਸ਼ਾਇਦ ਅੱਜ ਮੋਢਾ ਮੇਰੇ ਨਾਲ ਮੋਢੇ ਮੋਢਾ ਲੱਗ ਖੜੂਗਾ, ਜਿਹਦੇ ਨਾਲ ਸਾਡੇ ਘਰ ਚੰਗਾ ਚੱਲੂਗਾ, ਅਤੇ ਐਂ ਇੱਕ ਸੁਸਾਇਟੀ ਵੀ ਸੋਚਦੀ ਹੁੰਦੀ ਆ ਵੀ ਚੱਲ ਇੱਥੇ ਯੂਥ ਚੰਗਾ ਹੋਊ, ਸਾਡੇ ਫਿਊਚਰ ਚੰਗਾ ਹੋਊ, ਜਿਵੇਂ ਕਹਿੰਦੇ ਨਾ ਬੱਚਾ ਦੇਸ਼ ਮਤਲਬ ਬੱਚੇ ਸਾਡੇ ਦੇਸ਼ ਦਾ ਫਿਊਚਰ ਹੁੰਦੇ ਨੇ, ਹੈ ਨਾ, ਅਤੇ ਫਿਊਚਰ ਤੱਕ ਉਮੀਦ ਕੀਤੀ ਜਾਂਦੀ ਹੈ ਵੀ ਉਹ ਚੰਗਾ ਮਤਲਬ ਦੇਸ਼ ਨੂੰ ਸੇਧ ਦੇਣਗੇ, ਪਰ ਇੱਥੇ ਉਲਟ ਹੋ ਰਿਹਾ ਕੁਛ, ਉਹ ਯੂਥ ਮੀਡੀਆ ਮਗਰ ਲੱਗ ਕੇ ਅਤੇ ਰਾਜਨੀਤਿਕ ਪਾਰਟੀ ਮਗਰ ਲੱਗ ਕੇ ਉਹੋ ਜਿਹਾ ਬਣ ਗਿਆ ਹੈਗਾ। ਜੀ ਬਹੁਤ ਬਹੁਤ ਧੰਨਵਾਦ ਐਸ ਪੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਅਸੀਂ ਵੱਖੋ ਵੱਖ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਸਾਰੇ ਨੌਜਵਾਨਾਂ ਦੀ ਵੱਖੋ ਵੱਖ ਰਾਏ ਸਾਹਮਣੇ ਆਈ। ਕੁਝ ਨੇ ਕਿਹਾ ਕਿ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ, ਕੁਝ ਦਾ ਕਹਿਣਾ ਹੈ ਕਿ ਬੀਜੇਪੀ ਫੈਲਾ ਰਹੀ ਹੈ, ਕੁਝ ਦਾ ਕਹਿਣਾ ਹੈ ਕਿ ਕਾਂਗਰਸ ਫੈਲਾ ਰਹੀ ਹੈ, ਅਤੇ ਕੁਝ ਕਹਿ ਰਹੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਪਰ ਸਵਾਲ ਇਹ ਖੜ੍ਹਾ ਹੋ ਜਾਂਦਾ ਹੈ ਕਿ ਦੇਸ਼ ਨੂੰ ਵੰਡ ਕੇ ਸਿਆਸੀ ਪਾਰਟੀਆਂ ਕਿਸ ਰਾਹ ਦੇ ਉੱਤੇ ਤੁਰਦੀਆਂ ਨੇ, ਪੰਜਾਬ ਭਾਰਤ ਦੀ ਆਵਾਮ ਕੀ ਸੋਚਦੀ ਹੈ ਇਸ ਬਾਰੇ, ਆਵਾਮ ਨੂੰ ਕਿਸ ਤਰ੍ਹਾਂ ਵੰਡਿਆ ਜਾ ਰਿਹਾ ਹੈ ਧਰਮ ਦੇ ਨਾਂ ਦੇ ਉੱਤੇ, ਫਿਰਕੂਪਣੇ ਦੇ ਨਾਂ ਦੇ ਉੱਤੇ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿੱਚ ਨੇ, ਬਹੁਤ ਸਾਰੇ ਮੁੱਦੇ ਭਾਰਤ ਦੇ ਵਿੱਚ ਨੇ ਜਿਨ੍ਹਾਂ ਨੂੰ ਹੱਲ ਕਰਕੇ ਦੇਸ਼ ਦਾ ਭਲਾ ਕੀਤਾ ਜਾ ਸਕਦਾ ਹੈ, ਪਰ ਨਹੀਂ, ਸਿਆਸੀ ਪਾਰਟੀਆਂ ਸਿਰਫ ਤੋਂ ਸਿਰਫ ਦੇਸ਼ ਨੂੰ ਵੰਡਣ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਅੱਜ ਦੇ ਇਸ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।